Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done in case to giving me back my stuff that's been stolen. ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ, ਉਹਦੇ ਤਹਿਤ ਹੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ, ਔਰ ਸਾਰੇ ਆਫਿਸਰ ਵੀ ਇਸੇ ਕੰਮ 'ਤੇ ਜੁਟੇ ਹੈ। ਇਸੇ ਸੰਬੰਧ ਦੇ ਵਿੱਚ ਬੜੀ ਮਨਭਾਗੀ ਘਟਨਾ ਹੋਈ ਸੀਗੀ, ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਵਿਮੈਨ ਸੀਗੇ ਉਹਨਾਂ ਨਾਲ ਸਨੈਚਿੰਗ ਹੋਈ ਸੀ 23 ਨੌਂ ਨੂੰ ਛਾਟਾ ਦੇ ਏਰੀਏ ਦੇ ਵਿੱਚ, ਜਦੋਂ ਵਾਹਗਾ ਬਾਰਡਰ 'ਤੇ ਆ ਰਹੇ ਸੀ ਥ੍ਰੀ ਵੀਲਰ 'ਚ ਬੈਠ ਕੇ। ਤਕਰੀਬਨ 2:45 ਦੀ ਇਹ ਵਾਰਦਾਤ ਹੈ, ਤਾਂ ਉਹਦੇ ਨਾਲ ਬੜਾ ਇੱਕ ਮਨਭਾਗੀ ਘਟਨਾ ਹੋਈ, ਔਰ ਫੋਰਨ ਸਿਟੀਜ਼ਨ ਹੋਣ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ, ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਅਭਿਮਨਿਊ ਰਾਣਾ, ਮਿਸਟਰ ਸ਼ਿਵਦਰਸ਼ਨ ਔਰ ਐਸ ਐਚ ਓ ਰੋਬਿਨ ਹੰਸ, ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਅਤੇ 3 ਮੁਲਜ਼ਮ ਉਹਦੇ 'ਚ ਫੜੇ ਗਏ ਜਿਹੜੇ ਮੇਨ ਨੇ, ਇੱਕ ਨਾਬਾਲਗ ਹੈ ਔਰ 2 ਜਿਹੜੇ ਹੈਗੇ, ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ। ਰਿਸ਼ਪਾਲ ਸਿੰਘ ਦੇ ਖਿਲਾਫ਼ ਪਹਿਲਾਂ ਵੀ ਰਣਜੀਤ ਐਵਨਿਊ 'ਚ ਸਨੈਚਿੰਗ ਦਾ ਪਰਚਾ ਦਰਜ ਹੈ। ਇਹਨਾਂ ਤੋਂ ਜਿਹੜੀ ਉਹ ਵਿਕਟਿਮ ਸੀ ਅਭਿਸ਼ੇਕ ਰੈਵਨ, ਜਿਹੜੇ ਇਜ਼ਰਾਈਲੀ ਸਿਟੀਜ਼ਨ ਨੇ, ਉਹਨਾਂ ਦਾ ਜਿਹੜਾ ਹੈਂਡਬੈਗ ਹੈ, ਪਰਸ ਔਰ ਹੈੱਡਫੋਨਸ, ਉਹ ਵੀ ਬਰਾਮਦ ਕਰ ਲਏ ਗਏ ਹੈ। ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਹਾਂ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ। Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done in case to giving me back my stuff that's been stolen. Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done in case to giving me back my stuff that's been stolen. ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ, ਉਹਦੇ ਤਹਿਤ ਹੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕ੍ਰਾਈਮ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ, ਔਰ ਸਾਰੇ ਆਫਿਸਰ ਵੀ ਇਸੇ ਕੰਮ 'ਤੇ ਜੁਟੇ ਹੈ। ਇਸੇ ਸੰਬੰਧ ਦੇ ਵਿੱਚ ਬੜੀ ਮਨਭਾਗੀ ਘਟਨਾ ਹੋਈ ਸੀਗੀ, ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਵਿਮੈਨ ਸੀਗੇ ਉਹਨਾਂ ਨਾਲ ਸਨੈਚਿੰਗ ਹੋਈ ਸੀ 23 ਨੌਂ ਨੂੰ ਛਾਟਾ ਦੇ ਏਰੀਏ ਦੇ ਵਿੱਚ, ਜਦੋਂ ਵਾਹਗਾ ਬਾਰਡਰ 'ਤੇ ਆ ਰਹੇ ਸੀ ਥ੍ਰੀ ਵੀਲਰ 'ਚ ਬੈਠ ਕੇ। ਤਕਰੀਬਨ 2:45 ਦੀ ਇਹ ਵਾਰਦਾਤ ਹੈ, ਤਾਂ ਉਹਦੇ ਨਾਲ ਬੜਾ ਇੱਕ ਮਨਭਾਗੀ ਘਟਨਾ ਹੋਈ, ਔਰ ਫੋਰਨ ਸਿਟੀਜ਼ਨ ਹੋਣ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ, ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਅਭਿਮਨਿਊ ਰਾਣਾ, ਮਿਸਟਰ ਸ਼ਿਵਦਰਸ਼ਨ ਔਰ ਐਸ ਐਚ ਓ ਰੋਬਿਨ ਹੰਸ, ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਅਤੇ 3 ਮੁਲਜ਼ਮ ਉਹਦੇ 'ਚ ਫੜੇ ਗਏ ਜਿਹੜੇ ਮੇਨ ਨੇ, ਇੱਕ ਨਾਬਾਲਗ ਹੈ ਔਰ 2 ਜਿਹੜੇ ਹੈਗੇ, ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ। ਰਿਸ਼ਪਾਲ ਸਿੰਘ ਦੇ ਖਿਲਾਫ਼ ਪਹਿਲਾਂ ਵੀ ਰਣਜੀਤ ਐਵਨਿਊ 'ਚ ਸਨੈਚਿੰਗ ਦਾ ਪਰਚਾ ਦਰਜ ਹੈ। ਇਹਨਾਂ ਤੋਂ ਜਿਹੜੀ ਉਹ ਵਿਕਟਿਮ ਸੀ ਅਭਿਸ਼ੇਕ ਰੈਵਨ, ਜਿਹੜੇ ਇਜ਼ਰਾਈਲੀ ਸਿਟੀਜ਼ਨ ਨੇ, ਉਹਨਾਂ ਦਾ ਜਿਹੜਾ ਹੈਂਡਬੈਗ ਹੈ, ਪਰਸ ਔਰ ਹੈੱਡਫੋਨਸ, ਉਹ ਵੀ ਬਰਾਮਦ ਕਰ ਲਏ ਗਏ ਹੈ। ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਹਾਂ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ। Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done in case to giving me back my stuff that's been stolen.